ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੁਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਮੋਰਚਾ ਬੰਦੀ ਚੋਣਾਂ ਤੋਂ ਪਹਿਲਾਂ ਚੁੱਕਿਆ ਵੱਡਾ ਕਦਮ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਸ਼ਤਰੰਜ ਦੀ ਬਸਾਤ ਵਸਾਉਂਦੇ ਹੋਏ ਮੋਰਚਾ ਬੰਦੀ ਸ਼ੁਰੂ ਕਰ ਦਿੱਤੀ ਹੈ 24 ਵਿਧਾਨ ਸਭਾ ਖੇਤਰਾਂ ਲਈ ਹਲਕਾ ਇੰਚਾਰਜ ਨਿਯੁਕਤ ਕੀਤੇ ਹਨ 24 ਦੇ ਵਿੱਚੋਂ 8 ਅਜਿਹੇ ਹਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ 2017 ਦੇ ਵਿੱਚ ਚੋਣ ਲੜੀ ਸੀ ਦੋਸਤੋ ਤੁਹਾਨੂੰ ਕੀ ਲੱਗਦਾ ਇਸ ਵਾਰ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ ਜਾਂ ਨਹੀਂ ਕਮੈਂਟ ਸੈਕਸ਼ਨ 'ਚ ਯੈਸ ਜਾਂ ਨੋ ਜ਼ਰੂਰ ਲਿਖੋ ਪੰਜਾਬ ਚ ਆ ਰਹੇ ਹ ਦੁਸ਼ਤ ਪਾਣੀ ਦੀ ਸਮੱਸਿਆ ਦਾ ਸੂਬਾ ਸਰਕਾਰ ਜਲਦੀ ਹੱਲ ਕੱਢੇ ਵਸੁੰਦਰਾ ਰਾਜੇ Rajasthan ਦੀ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਉਪ ਪ੍ਰਧਾਨ ਵਸੁੰਦਰਾ ਰਾਜੇ ਨੇ ਸੂਬਾ ਸਰਕਾਰ ਨੂੰ ਪੰਜਾਬ ਤੋ ਆ ਰਹੇ ਦੁਸ਼ਤ ਪਾਣੀ ਦੀ ਸਮੱਸਿਆ ਦਾ ਜਲਦ ਹੱਲ ਕੱਢੇ ਜਾਣ ਦੀ ਮੰਗ ਕੀਤੀ ਹੈ ਰਾਜੇ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਇਹ ਮੰਗ ਕੀਤੀ ਉਹਨਾਂ ਨੇ ਕਿ ਸ੍ਰੀ ਗੰਗਾ ਨਗਰ ਹਨੂਮਾਨਗੜ ਖੇਤਰ ਦੀਆਂ ਨਹਿਰਾਂ ਤੋਂ ਪੰਜਾਬ ਤੇ ਆ ਰਹੇ ਜ਼ਹਿਰੀਲੇ ਤੇ ਦੁਸ਼ਤ ਪਾਣੀ ਨਾਲ ਇਨਸਾਨਾਂ ਦੇ ਨਹੀਂ ਫਸਲਾਂ ਦਾ ਵੀ ਸਿਹਤ ਦਾ ਨੁਕਸਾਨ ਹੋ ਰਿਹਾ ਜੀ ਉਹਨਾਂ ਨੇ ਕਿਹਾ ਸੂਬਾ ਸਰਕਾਰ ਪੰਜਾਬ ਸਰਕਾਰ ਨਾਲ ਗੱਲ ਕਰਕੇ ਨਹਿਰਾਂ ਦੇ ਵਿੱਚ ਆ ਰਹੇ ਦੁਸ਼ਤ ਪਾਣੀ ਦੀ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੱਢੇ ਹਰਪਾਲ ਸਿੰਘ ਨੇ ਦਲਤ ਬੱਚਿਆਂ ਦੇ ਵਜੀਫੇ ਦੇ ਪੈਸੇ ਹੜੱਪਣ ਲਈ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਮਾਮਲਾ ਦਰਜ ਕਰਨ ਦੇ ਲਈ ਡੀਜੀਪੀ ਨੂੰ ਲਿਖਿਆ ਪੱਤਰ ਪੱਤਰਕਾਰ ਅੰਸ਼ੁਲ ਛਤਰਪਤੀ ਨੇ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਲਿਖਿਆ ਪੱਤਰ ਹਾਈ ਕੋਰਟ ਦੇ ਚੀਫ ਜਸਟਿਸ ਰਵਿਸ਼ੰਕਰ ਚਾਹ ਨੂੰ ਪੱਤਰਕਾਰ ਅੰਛੁਲ ਛਤਰਪਤੀ ਨੇ ਪੱਤਰ ਲਿਖਿਆ ਛਤਰਪਤੀ ਦਾ ਕਹਿਣਾ ਹੈ ਕਿ ਇਲਾਜ ਦੇ ਆਨੇ ਬਹਾਨੇ ਗਰਮੀਤ ਰਾਮ रहीम ਨੂੰ ਕਈ-ਕਈ ਦਿਨ ਜੇਲ੍ਹ ਤੋਂ ਬਾਹਰ ਰੱਖਿਆ ਜਾ ਰਿਹਾ ਹੈ ਉਹਨਾਂ ਨੇ ਪੱਤਰ ਲਿਖ ਕੇ ਕਿਹਾ ਕਿ ਮਾਮਲੇ ਦੇ ਵਿੱਚ ਹਾਈ ਕੋਰਟ ਨੂੰ ਦਖਲ ਦੇਣ ਦੀ ਲੋੜ ਹੈ ਸੇਵਾ ਕੇਂਦਰਾਂ ਚੋਂ 7 ਵਿਭਾਗਾਂ ਦੀਆਂ 192 ਹੋਰ ਨਾਗਰਿਕ ਸੇਵਾਵਾਂ ਮੁਹੱਈਆ ਹੋਣਗੀਆਂ ਮੁਖ ਸਕੱਤਰ ਸੇਵਾਵਾਂ ਦੇ ਸਰਲੀਕਰਨ ਅਤੇ ਰੀ-ਇੰਜੀਨੀਅਰਿੰਗ ਦੇ ਆਦੇਸ਼ ਨਾਗਰਿਕ ਸੇਵਾਵਾਂ ਵਿੱਚ ਸੋਧਾਂ ਨੂੰ ਅੰਤਮ ਰੂਪ ਦੇਣ ਅਤੇ ਲਾਗੂ ਕਰਨ ਲਈ ਪੈਨਲ ਦਾ ਗਠਨ ਪੰਜਾਬ ਸਰਕਾਰ ਨੇ ਅੱਜ ਸੂਬੇ ਭਰ ਦੇ ਸੇਵਾ ਕੇਂਦਰਾਂ ਵਿੱਚ ਸੱਤ ਵਿਭਾਗਾ ਦੀਆਂ 192 ਹੋਰ ਨਾਗਰਿਕ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਉਹਨਾਂ ਦਾ ਉਦੇਸ਼ ਹੈ ਕਿ ਨਾਗਰਿਕਾਂ ਨੂੰ ਸਮਾਪਦਤ ਅਤੇ ਪਰੇਸ਼ਾਨੀ ਰਹਿਤ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣਾ ਤਾਂ ਕਿ ਉਹਨਾਂ ਦੇ ਵਾਰ-ਵਾਰ ਦਫ਼ਤਰਾਂ ਦੇ ਗੇੜੇ ਨਾ ਲਾਉਣੇ ਪੈਣ ਇਸ ਸੰਬੰਧੀ ਫੈਸਲਾ ਅੱਜ ਇੱਥੇ ਮੁਖ ਸਖਤਰ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ ਡੀਜੀਪੀ ਦਿਨਕਰ ਗੁਪਤਾ ਨੇ ਲਾਈਵ ਹੋ ਕੇ ਦੱਸਿਆ ਕਿਵੇਂ ਮਾਰਿਆ ਗਿਆ ਗੈਂਗਸਟਰ ਜੈਪਾਲ ਪੁੱਲਰ ਕੀਤੇ ਕਈ ਖੁਲਾਸੇ ਜਗਰਾਉਂ ਵਿਖੇ 2 ਐਸਆਈ ਕਤਲ ਮਾਮਲੇ ਵਿੱਚ ਵਾਂਟਡ ਜੈਪਾਲ ਪੁੱਲਰ ਅਤੇ ਉਸਦੇ ਸਾਥੀ ਜਸਪ੍ਰੀਤ ਦਾ ਅੱਜ ਕੋਲਕਾਤਾ ਵਿਖੇ ਇਨਕਾਊਂਟਰ ਕਰ ਦਿੱਤਾ ਗਿਆ ਇਸ ਤੋਂ ਬਾਅਦ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਲਾਈਵ ਹੋ ਕੇ ਪ੍ਰੈਸ ਕਾਨਫਰੰਸ ਦੌਰਾਨ ਕੁਝ ਖੁਲਾਸੇ ਕੀਤੇ ਦਿਨਕਰ ਗੁਪਤਾ ਨੇ ਦੱਸਿਆ ਕਿ ਗੈਂਗਸਟਰ ਜੈਪਾਲ ਪੁੱਲਰ ਅਤੇ ਸਰਕਾਰ ਵੱਲੋਂ 10 ਲੱਖ ਅਤੇ ਜਸਪ੍ਰੀਤ ਤੇ 5 ਲੱਖ ਦਾ ਇਨਾਮ ਰੱਖਿਆ ਗਿਆ ਸੀ ਪੰਜਾਬ ਪੁਲਿਸ ਅਤੇ ਕੋਲਕਾਤਾ ਦੀ ਲੋਕਲ ਐਸਟੀਐਫ ਨੂੰ ਸ਼ਾਮਲ ਕੀਤਾ ਗਿਆ ਦੋਵੇਂ ਗੈਂਗਸਟਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੁਲਿਸ ਲਈ ਲੋੜਿੰਦੇ ਸਨ ਤੇ ਚਾਰ-ਪੰਜ ਰਾਜਾਂ ਵਿੱਚ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਜਿਸ ਦਾ ਨਾਮ ਜੈਕ ਰੱਖਿਆ ਗਿਆ ਆਪਰੇਸ਼ਨ ਜੈਕ ਦੇ ਤਹਿਤ ਬਹੁਤ ਵੱਡਾ ਜਾਲ ਵਿਛਾਇਆ ਗਿਆ ਸੀ ਪੰਜਾਬ ਦੇ ਡੀਜੀਪੀ ਨੇ ਦੱਸਿਆ ਕਿ ਜੈਪਾਲ ਭੁੱਲਰ ਦੇ ਗੈਂਗਸਟਰ ਵਿਕੀ ਗੌਂਟਰ ਤੇ ਪ੍ਰੇਮਾ ਲਾਹੌਰੀਆਂ ਨਾਲ ਡੂੰਘੇ ਸਬੰਧ ਸਨ ਸੁੱਖਾ ਕਹਿਲਾਵਾ ਤੇ ਰੌਕੀ ਫਾਜ਼ਲ ਕਾ ਕਤਲकांड ਵਿੱਚ ਭੁੱਲਰ ਮੁੱਖ ਤੌਰ ਤੇ ਦੋਸ਼ੀ ਹੈ। ਉਹਨਾਂ ਨੇ ਕਿਹਾ ਜੀ ਇਸ ਦਾ ਨੈਟਵਰਕ ਬਹੁਤ ਵੱਡਾ ਸੀ ਬਹੁਤ ਸਾਰੇ ਗੈਰ ਕਾਨੂੰਨੀ ਹਥਿਆਰ ਮੱਧ ਪ੍ਰਦੇਸ਼ ਤੋਂ ਬਰਾਮਦ ਕੀਤੇ ਗਏ ਨੇ ਸਪੈਸ਼ਲ ਟਾਸਕ ਫੋਰਸ ਵੱਲੋਂ। ਇਸ ਵਿੱਚ ਕਾਫੀ ਸਹਿਯੋਗ ਦਿੱਤਾ ਗਿਆ Rajasthan ਪੁਲਿਸ ਦੇ ਨਾਲ ਨਾਲ ਪੰਜਾਬ ਪੁਲਿਸ ਦਾ ਵੀ ਕਾਫੀ ਚੰਗਾ ਤਾਲ ਮਿਲ ਰਿਹਾ ਗੈਂਗਸਟਰਾਂ ਨੂੰ ਫੜਨ ਦੇ ਵਿੱਚ। ਸਫਲਤਾ ਮਿਲੀ ਕੋਲਕਾਤਾ ਦੇ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਦੱਸੇ ਜਾ ਰਹੇ ਹਨ। ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਅੱਜ ਤੋਂ ਹੋਵੇਗਾ ਸ਼ੁਰੂ ਸੋ ਦੋਸਤੋ ਵੱਡੀ ਖਬਰਾਂ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਦੋਸਤੋ ਤੁਸੀਂ ਕਿੰਨੇ ਤਰੀਕ ਨੂੰ ਝੋਨਾ ਲਾ ਰਹੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਉਸ ਤਰੀਕ ਨੂੰ ਜ਼ਰੂਰ ਲਿਖੋ ਪੰਜਾਬ ਦੇ ਵਿੱਚ 10 ਜੂਨ ਅੱਜ ਤੋਂ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਰਿਹਾ ਪੰਜਾਬ ਸਰਕਾਰ ਵੱਲੋਂ ਖੇਤੀ ਕਿਊਬ ਵੈਲਾਂ ਲਈ ਨਿਰਵੇਗਨ 8 ਘੰਟੇ ਬਿਜਲੀ ਸਪਲਾਈ ਦੇਣ ਅਤੇ ਝੋਨੇ ਦੀ ਸਫਲਤਾਪੂਰਵਕ ਲੜਾਈ ਲਈ ਲੋਵਾਈ ਦੇ ਲਈ ਲੋੜੀਂਦੇ ਪਾਣੀ ਦੀ ਸਪਲਾਈ ਦਾ ਪ੍ਰਬੰਧ ਕਰ ਲਿਆ ਜਾ ਚੁੱਕੇ ਹਨ ਇਹ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਖਦੇਵ ਬਰਾੜ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਸਾਲ 30.2 ਲੱਖ ਹੈਕਟੇਅਰ ਰਕਬਾ ਝੋਨੇ ਹੇਠ ਆਵੇਗਾ ਜਿਸ ਵਿੱਚੋਂ 5.35 ਲੱਖ ਹੈਕਟੇਅਰ ਰਕਬਾ ਬਾਸਪਤੀ ਝੋਨੇ ਹੇਠ ਜਦਕਿ ਬਾਕੀ ਰਕਬਾ ਗੈਰ ਬਾਸਪਤੀ ਝੋਨੇ ਦੇ ਹੇਠ ਹੋਵੇਗਾ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਸਾਲ ਕੁੱਲ ਰਕਬੇ ਦਾ 10 ਲੱਖ ਹੈਕਟੇਰ ਰਕਬਾ ਝੋਨੇ ਦੀ ਸਿੱਧੀ ਬਜਾਈ ਹੈਟਾ ਲਿਆਉਣ ਦਾ ਟੀਚਾ ਮਿਥਿਆ ਗਿਆ ਹੈ। ਸ਼੍ਰੀ ਹਰਮੰਦਰ ਸਾਹਿਬ ਦੇ ਗਰੰਤੀ ਗਿਆਨੀ ਮਾਨ ਸਿੰਘ ਨੇ ਦਿੱਤਾ ਅਸਤੀਫਾ। ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਸਤੀਫਾ ਕੀਤਾ। ਪ੍ਰਵਾਨ ਨੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਬਤੌਰ ਗਰੰਤੀ ਸਿੰਘ ਦੀਆਂ ਸੇਵਾਵਾਂ ਨਿਭਾਉਣ ਵਾਲੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਸਿਹਤ ਨਾ ਠੀਕ ਹੋਣ ਦਾ ਹਵਾਲਾ ਦੇ ਕੇ ਅਸਤੀਫਾ ਦੇ ਦਿੱਤਾ। ਉਹਨਾਂ ਦਾ ਅਸਤੀਫਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰਵਾਨ ਵੀ ਕਰ ਲਿਆ। ਕੋਵਿਡ ਦੀ ਸੰਭਾਵਿਤ ਤੀਜੀ ਲਹਿਰ ਬੱਚਿਆਂ ਨੂੰ ਲਾਗ ਤੋਂ ਬਚਾਉਣ ਦੇ ਲਈ ਦੋ ਟਾਸਕ ਫੋਰਸ ਟੀਮਾਂ ਤੇ ਮਾਹਰਾਂ ਦੇ ਗਰੁੱਪ ਗਠਿਤ ਕੋਵਿਡ ਦੀ ਸੰਭਾਵਿਤ ਤੀਜੀ ਲਹਿਰ ਨੂੰ ਬੱਚਿਆਂ ਦੇ ਲਈ ਖਤਕ ਹੋਣ ਲਈ ਜਾ ਰਹੀ ਹੈ ਤੇ ਇਸ ਅਨੁਮਾਨਾਂ ਦੇ ਚੱਲਦਿਆਂ ਜ਼ਿਲ੍ਹਾ ਪਟਿਆਲਾ ਚ ਦੋ ਟਾਸਕ ਫੋਰਸ ਦੀਆਂ ਟੀਮਾਂ ਤੇ ਇੱਕ ਮਾਹਰਾਂ ਦਾ ਗਰੁੱਪ ਬਣਾਇਆ ਗਿਆ ਕੋਵਿਡ ਦੀ ਤੀਜੀ ਲਹਿਰ ਤੋਂ ਬਚਾਅ ਦੇ ਲਈ ਜ਼ਿਲ੍ਹੇ ਚ ਤਿਆਰੀਆਂ ਬਾਬਤ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਮੌਕੇ ਕੁਮਾਰ ਅਮਿਤ ਨੇ ਦੱਸਿਆ ਕਿ ਅਸੀਂ ਕੋਵਿਡ ਦੀ ਦੂਜੀ ਲਹਿਰ ਤੋ ਕਾਫੀ ਕੁਝ ਸਿੱਖਿਆ ਹੁਣ ਇਸ ਦੇ ਤਜਰਬੇ ਦੇ ਆਧਾਰ ਤੇ ਤੀਜੀ ਲਹਿਰ ਨਾਲ ਨਜਿੱਠਣ ਦੇ ਲਈ ਤਿਆਰੀਆਂ ਪੂਰੀਆਂ ਜਿਹੜੀਆਂ ਕਰ ਲਈਆਂ ਜਾ ਚੁੱਕੀਆਂ ਨੇ ਪਿੰਡ ਬਾਦਲ ਦੀ ਸ਼ਰਾਬ ਫੈਕਟਰੀ ਚੂ ਕੇਸ ਵਿੱਚ ਆਮ ਆਦਮੀ ਪਾਰਟੀ ਦੇ ਦੋਸ਼ ਕੈਪਟਨ ਬਾਦਲ ਰਲ ਕੇ ਦੋਛੀਆਂ ਨੂੰ ਰਹਿਣੇ ਬਚਾ ਚਾਂਦੀ ਬਾਦਲ ਦੇ ਪਿੰਡ ਵਿੱਚ ਫੜੀ ਗਈ ਨਕਲੀ ਸ਼ਰਾਬ ਦੀ ਫੈਕਟਰੀ ਤੋਂ ਬਾਅਦ ਕੈਪਟਨ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਸਿਰਫ ਸੂਬੇ ਦੀ ਲੋਕਾਂ ਦੀਆਂ ਅੱਖਾਂ ਵਿੱਚ ਘਟਾ ਪਾਣ ਲਈ ਇਹ ਇਲਜ਼ਾਮ ਆਪ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਕੁਲਤਾਰ ਸਿੰਘ ਸੰਧਵਾਨੇ ਲਾਏ ਹਨ ਉਹਨਾਂ ਨੇ ਕਿ ਆਮ ਆਦਮੀ ਪਾਰਟੀ ਦੀ ਮੰਗ ਹੈ ਕਿ ਕੇਸ ਦੀ ਜਾਂਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾ ਸਕੇ ਜਿਸ ਦੇ ਨਾਲ ਅਸਲ ਦੋਸ਼ੀਆਂ ਦੀ ਪਛਾਣ ਹੋ ਸਕੇ ਉਹਨਾਂ ਦੀ ਗ੍ਰਿਫਤਾਰੀ ਹੋ ਸਕੇ ਉਹਨਾਂ ਨੇ ਕਿਹਾ ਕੈਪਟਨ ਸਰਕਾਰ ਨੇ ਨਸ਼ੇ ਦੇ ਮਾਮਲੇ ਵਿੱਚ अनेका ਹੀ ਕਮੇਟੀਆਂ ਗਠਿਤ ਕੀਤੀਆਂ ਪਰ ਨਤੀਜੇ ਹਮੇਸ਼ਾ ਜ਼ੀਰੋ ਹੀ ਨਿਕਲੇ ਹਨ ਐਮਐਸਪੀ ਵਿੱਚ ਨਿ ਗੁਣਾ ਵਾਦਾ ਪੁੱਠੇ ਪਾਸੇ ਚੁੱਕਿਆ ਕਦਮ ਸੁਖਬੀਰ ਬਾਦਲ ਕਿਹਾ ਇਸ ਨਾਲ ਐਨਡੀਏ ਵਾਦੇ ਅਨੁਸਾਰ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਹੋਣ ਦੀ ਥਾਂ ਖੇਤੀਬਾੜੀ ਪਿੱਛੇ ਹੋ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਚੋਣੇ ਦੇ ਘਟੋ ਘਟ ਸਮਰਥਨ ਮੋਲ ਵਿੱਚ ਕੀਤੇ ਗਏ ਨਿ ਗੁਣੇ ਵਾਦੇ ਨੂੰ ਪੁੱਠੇ ਪਾਸੇ ਚੁੱਕਿਆ ਕਦਮ ਕਰਾਰ ਦਿੱਤਾ ਇਸ ਨਾਲ ਐਨਡੀਏ ਦੇ ਵਾਦੇ ਅਨੁਸਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਦੀ ਥਾਂ ਖੇਤੀਬਾੜੀ ਪਿੱਛੇ ਵੱਲ ਠੱਕੀ ਜਾਵੇਗੀ ਉਹਨਾਂ ਨੇ ਕਿਹਾ ਜੀ 72 ਰੁਪਏ ਦੇ ਨੀਗੂ ਨੇ ਵਾਅਦੇ ਨਾਲ ਡੀਜ਼ਲ ਅਤੇ ਖਾਦਾਂ ਵਰਗੀਆਂ ਖੇਤੀਬਾੜੀ ਦੀ ਲੋੜਿੰਦੀਆਂ ਵਸਤੂਆਂ ਦੀ ਕੀਮਤ ਵੀ ਨਹੀਂ ਪੂਰੀ ਹੋਵੇਗੀ 15 ਜੂਨ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਹਿਸ਼ਤ ਤੇ ਧਰਨਾ ਦੇਵੇਗਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਹੈ ਕਿ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਬਰਖਾਸਤ ਕਰਨ ਦੇ ਲਈ ਵੈਕਸੀਨ ਤੇ ਫਟੇ ਕਿੱਟ ਕੋਟਾਲੇ ਦੀ ਸੀਬੀਆਈ ਤੋ ਜਾਂਚ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਹਿਸ਼ ਦੇ ਬਾਹਰ ਧਰਨਾ ਦੇਣਗੇ ਇਸ ਗੱਲ ਦੀ ਜਾਣਕਾਰੀ ਦੰਦਿਆ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਧੀਮਾ ਨੇ ਦੱਸਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 15 ਜੂਨ ਨੂੰ ਮੁੱਖ ਮੰਤਰੀ ਦੀ ਰਹਿਸ਼ ਦੇ ਅੱਗੇ ਸੰਕੇਤਕ ਧਰਨੇ ਦੀ ਅਗਵਾਈ ਕਰਨਗੇ ਤੇ ਕੋਰ ਕਮੇਟੀ ਦੀ ਪੀਏਸੀ ਮੈਂਬਰਾਂ ਵਿਧਾਇਕਾਂ ਜ਼ਿਲ੍ਹਾ ਪ੍ਰਧਾਨਾਂ ਤੇ ਯੂਥ ਆਦੇਦਾਰਾਂ ਸਮੇਤ ਸੀਨੀਅਰ ਆਗੂਆਂ ਦੇ ਵਿੱਚ ਸ਼ਾਮਲ ਹੋਣਗੇ ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਵੈਕਸੀਨ ਕੋਟਾਲੇ ਤੇ ਫਾਤੇ ਕਿੱਟ ਕੋਟਾਲੇ ਦੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਨਿੱਜੀ ਹਸਪਤਾਲਾਂ ਵਿੱਚ ਕੋਵਿਡ ਟੀਕੇ ਦੀਆਂ ਕੀਮਤਾਂ ਤੈਅ ਸਬੰਧੀ ਕਰਨ ਦੇ ਸਬੰਧੀ ਕੇਂਦਰ ਸਰਕਾਰ ਦਾ ਫੈਸਲਾ ਬਹੁਤ ਦੇਰੀ ਨਾਲ ਬਲਵੀਰ ਸਿੱਧੂ ਪੰਜਾਬ ਦੇ ਸਿਹਤ ਮੰਤਰੀ ਤੇ ਪਰਿਵਾਰ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਟੀਕਿਆਂ ਦੀਆਂ ਕੀਮਤਾਂ ਨੂੰ ਤੈਅ ਕਰਨ ਦਾ ਕੇਂਦਰ ਸਰਕਾਰ ਦਾ ਫੈਸਲਾ ਬਿਨਾਂ ਸੂਝ-ਬੂਝ ਤੋਂ ਬਹੁਤ ਦੇਰੀ ਨਾਲ ਲਿਆ ਗਿਆ ਹੈ ਟੀਕਿਆਂ ਦੀਆਂ ਵਾਧੂ ਕੀਮਤਾਂ ਤੇ ਰੋਕ ਲਾਉਣ ਦੇ ਕੇਂਦਰ ਸਰਕਾਰ ਨੇ ਹਾਲੀ ਦੇ ਵਿੱਚ ਲਾਏ ਫੈਸਲੇ ਤੇ ਪ੍ਰਤੀਕਿਰਿਆ ਦਿੰਦਿਆਂ ਸਿੱਧੂ ਨੇ ਕਿਹਾ ਹੈ ਕਿ ਇਹ ਫੈਸਲਾ ਉਸ ਸਮੇਂ ਲਿਆ ਗਿਆ ਜਦੋਂ ਨਿੱਜੀ ਹਸਪਤਾਲਾਂ ਦੇ ਟੀਕਾਕਰਨ ਜਰੀਏ ਪਹਿਲਾਂ ਹੀ ਭਾਰੀ ਮੁਨਾਫਾ ਕਮਾ ਲਿਆ ਜਦਕਿ ਭਾਜਪਾ ਨੇਤਾਵਾਂ ਨੇ ਝੂਠੇ ਦੋਸ਼ ਲਾਏ ਹਨ ਕਿ ਪੰਜਾਬ ਸਰਕਾਰ ਦੇ ਵੱਲੋਂ ਨਿੱਜੀ ਹਸਪਤਾਲਾਂ ਨੂੰ ਟੀਕੇ ਦੀ ਸਪਲਾਈ ਕਰਕੇ ਮੁਨਾਫਾ ਕਮਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਟੀਕੇ ਦੀ ਸਾਰੀ ਖਰੀਦ ਆਪਣੇ ਦਾਇਰੇ ਦੇ ਵਿੱਚ ਲੈਣ ਦੇ ਤਾਜ਼ੇ ਫੈਸਲੇ ਨੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਸੇਧ ਮੰਤਰੀ ਨੇ ਕਿਹਾ ਹੈ ਕਿ ਸਰਕਾਰਾਂ ਕੋਲ ਖਰੀਦ ਲਈ ਭਾਰਤ ਸਰਕਾਰ ਵਾਂਗ ਇਜਾਰੇਦਾਰੀ ਦਾ ਅਧਿਕਾਰ ਨਹੀਂ ਹੈ ਬਰਨਾਲਾ ਵਿੱਚ ਝੋਨੇ ਬਰਨਾਲਾ ਦਾ ਕਿਸਾਨ ਬਣਿਆ ਮਿਸਾਲ 36 ਏਕੜ ਝੋਨੇ ਦੇ ਰਕਬੇ ਦੀ ਕੀਤੀ ਸਿੱਧੀ ਬਜਾਈ ਸੋ ਬਰਨਾਲਾ ਦੇ ਪਿੰਡ ਤਾਜੁਗ ਦਾ ਕਿਸਾਨ ਗੁਰਪ੍ਰੀਤ ਸਿੰਘ ਹੋਰਨਾਂ ਕਿਸਾਨਾਂ ਲਈ ਮਿਸਾਲ ਬਣ ਕੇ ਉਸਨੇ ਆਪਣੇ 100% ਦੀ ਰਕਬੇ ਵਿੱਚ ਝੋਨੇ ਦੀ ਸਿੱਧੀ ਬਜਾਈ ਕੀਤੀ ਹੈ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਕੋਲੇ 3 ਏਕੜ ਜ਼ਮੀਨਾਂ 6 ਏਕੜ ਠੇਕੇ ਤੇ ਲੈ ਕੇ ਵਾਹੀ ਕਰਦਾ 36 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਜਾਈ ਕੀਤੀ ਆ ਕਿਸਾਨਾਂ ਨੇ ਪਹਿਲਾਂ ਰਵਾਇਤੀ ਤਰੀਕੇ ਨਾਲ ਝੋਨਾ ਲਵਾਉਂਦਾ ਸੀ ਪਰ ਪਿਛਲੇ ਵਾਰ ਕਰੋਨਾ ਕਾਲ ਦੌਰਾਨ ਲੇਬਰ ਦੀ ਸਮੱਸਿਆ ਕਰਕੇ ਝੋਨੇ ਦੀ ਬਜਾਈ ਦੇ ਤਜਰਬੇ ਸਾਹਮਣੇ ਆਨ ਨਾਲ ਕਾਫੀ ਉਹ ਹੈਰਾਨ ਹੋ ਗਿਆ ਉਹਨੇ ਦੱਸਿਆ ਕਿ ਇਸ ਤਕਨੀਕ ਨਾਲ ਲੇਬਰ ਪਾਣੀ ਅਤੇ ਸਮੇਂ ਦੀ ਹੁੰਦੀ ਬਚਤ ਨੂੰ ਦੇਖ ਕੇ ਇਸ ਵਾਰ ਸਾਰੇ ਰਕਬੇ ਦੀ ਝੋਨੇ ਦੀ ਸਿੱਧੀ ਬਜਾਈ ਕੀਤੀ ਗਈ ਹੈ ਉਹਨਾਂ ਨੇ ਕਿਹਾ ਜੀ ਇਸ ਤਕਨੀਕ ਨਾਲ ਝਾੜ ਵੀ ਵਧਿਆ ਰਿਹਾ ਜੋ ਤਕਰੀਬਨ 33 ਤੋਂ 34 ਕੁਆਂਟਲ ਪ੍ਰਤੀ ਏਕੜ ਹੈ। ਉਹਨਾਂ ਨੇ ਕਿਹਾ ਜੀ ਇਸ ਤਕਨੀਕ ਨਾਲ ਝੋਨਾ ਲਾਉਣ ਲਈ ਲੈਵਲ ਲੇਜ਼ਰ ਦੇ ਨਾਲ ਜ਼ਮੀਨ ਪੱਧਰ ਕਰਕੇ ਡੀਐਸਆਰ ਡਿਲਲ ਵਰਤੀ ਗਈ ਹੈ। ਪੁਲਿਸ ਦਾ ਕਾਰਨਾਮਾ ਕਾਰ ਚਾਲਕ ਦਾ ਕਟਿਆ ਹੈਲਮਟ ਦਾ ਚਲਾਨ ਸੂਪ ਪੰਜਾਬ ਪੁਲਿਸ ਦਾ ਵੱਡਾ ਕਾਰਨਾਮਾ। ਥਾਣਾ ਖੇੜੀ ਨੋਦ ਸਿੰਘ ਦੇ ਐਸਆਈ ਵੱਲੋਂ ਕਾਰ ਚਾਲਕ ਦਾ ਹੈਲਮਟ ਦਾ ਚਲਾਨ ਕੱਟਣ ਦਾ ਮਾਮਲਾ ਸਾਹਮਣੇ ਆਇਆ ਤੇਜਵੀਰ ਵਾਸੀ ਅਮਰਾਲਾ ਨੇ ਦੱਸਿਆ ਕਿ ਉਹ ਦੋਸਤ ਦੀ ਕਾਰ ਨਾਲ ਹੀ ਖੇੜੀ ਨੌਤ ਸਿੰਘ ਥਾਣੇ ਅੱਗੇ ਖਾਣਾ ਜਾ ਰਹੇ ਸਨ ਤਾਂ ਥਾਣੇ ਅੱਗੇ ਲਾਕੇ ਨ ਲੱਗੇ ਲਾਕੇ ਨੇ ਪੁਲਿਸ ਨੇ ਉਸ ਨੂੰ ਹੈਲਮਟ ਨਾ ਪੈਣ ਦਾ ਚਲਾਨ ਕਰ ਦਿੱਤਾ ਇਸ ਤੋਂ ਇਲਾਵਾ ਨਾਕੇ ਤੇ ਤਨਾਇਤ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਸ ਦਾ ਚਲਾਨ ਕੱਟਣ ਦੀ ਤਰੀਕ ਵੀ ਪਿਛਲੇ ਦਿਨਾਂ ਤੇ ਪਾ ਦਿੱਤੀ ਗਈ ਤੇ ਚਲਾਨ ਭੁਗਤਾਨ ਦੀ ਤਰੀਕ ਵੀ 31 ਮਈ ਪਾ ਦਿੱਤੀ ਗਈ ਨਾਕੇ ਤੇ ਖੜੇ ਮੁਲਾਜ਼ਮਾਂ ਨੇ ਦੱਸਿਆ ਕਿ ਉਸ ਕੋਲ ਕਾਰ ਤਾਂ ਹੈ ਪਰ ਹੈਲਮਟ ਦਾ ਚਲਾਨ ਕਰ ਰਹੇ ਹਾਂ ਪਰ ਮੁਲਾਜ਼ਮਾਂ ਨੇ ਇੱਕ ਨਾ ਸੁਣੀ ਤੇ ਹੈਲਮਟ ਦਾ ਚਲਾਨ ਕਢਾ ਕੇ ਪਿਛਲੇ ਤਰੀਕ ਵਿੱਚ ਉਸ ਨੂੰ ਫੜਾ ਦਿੱਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਪਟਿਆਲਾ ਤੋਂ ਚੋਣ ਲੜਨਗੇ ਮੈਂ ਸਿਰਫ ਉਹਨਾਂ ਦਾ ਸਮਰਥਨ ਕਰਾਂਗੀ ਬੀਬੀ ਜੈ ਇੰਦਰ ਕੌਰ ਅਮਰਿੰਦਰ ਸਿੰਘ ਦੀ ਪੁੱਤਰੀ ਬੀਬੀ ਜੈ ਇੰਦਰ ਕੌਰ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਅਕਸਰ ਪਟਿਆਲੇ ਜਾਂਦੇ ਹਨ ਖਾਲਸਾ ਮੁਹੱਲਾ ਵਿਖੇ ਡਿਸਪੈਂਸਰੀ ਅਤੇ ਧਰਮਸ਼ਾਲਾ ਦੀ ਸਾਰੀ ਨਿਰਮਾਣ ਲਈ ਮਹਾਰਤ ਦੀ ਅਮੂਰਤ ਦੀ ਰਸਮਾਂ ਦਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਬੀਬਾ ਜੈ ਇੰਦਰ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਗੱਲਬਾਤ ਕਰਦਿਆਂ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਪਟਿਆਲਾ ਇੱਕ ਤੋਂ ਚੋਣ ਲੜਨਗੇ ਮੈਂ ਉਹਨਾਂ ਦਾ ਸਮਰਥਨ ਕਰਾਂਗੀ। ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਪੀਆਰ ਦੀ ਅਰਜ਼ੀ ਦੀ ਪ੍ਰਕਿਰਿਆ ਨੂੰ ਲੱਗੀ ਬ੍ਰੇਕ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਿਹੇ ਲੋਕਾਂ ਦੀ ਪੀਆਰ ਅਰਜ਼ੀ ਪ੍ਰਕਿਰਿਆ ਰੋਕ ਦਿੱਤੀ ਹੈ ਜਿਨ੍ਹਾਂ ਦਾ ਜੀਵਨ ਸਾਥੀ ਵਿਦੇਸ਼ ਦੇ ਵਿੱਚ ਬੈਠਾ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੇ ਪੀਆਰ ਲਈ ਅਪਲਾਈ ਕੀਤਾ ਉਹਨਾਂ ਦਾ ਜੀਵਨ ਸਾਥੀ ਪਤੀ ਪਤਨੀ ਵਿਦੇਸ਼ ਵਿੱਚ ਨਾ ਹੋਣ ਵਿਦੇਸ਼ ਵਿੱਚ ਹੋਣ ਦੇ ਕਾਰਨ ਉਹਨਾਂ ਦੀਆਂ ਅਰਜ਼ੀਆਂ ਦਾ ਕੰਮ ਅੱਧ ਵਿਚਾਲੇ ਲਟਕ ਰੇਲ ਯਾਤਰੀਆਂ ਨੂੰ ਮਿਲ ਸਕਦੀ ਆ ਵੱਡੀ ਖੁਸ਼ਖਬਰੀ ਆ ਆਰਟੀਪੀਸੀਆਰ ਦੀ ਨੈਗੇਟਿਵ ਰਿਪੋਰਟ ਦਾ ਝੰਝੜ ਹੋਵੇਗਾ ਖਤਮ ਰੇਲ ਯਾਤਰੀਆਂ ਦੇ ਲਈ ਵੱਡੀ ਕੰਮ ਦੀ ਖਬਰ ਆ ਜੇ ਤੁਸੀਂ ਰੇਲ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਆ ਤੁਹਾਨੂੰ ਆਰਟੀਪੀਸੀਆਰ ਨੈਗੇਟਿਵ ਰਿਪੋਰਟ ਦੀ ਨਾ ਲੋੜ ਪਵੇ ਕਿਉਂਕਿ ਜੇ ਤੁਸੀਂ ਕਰੋਨਾ ਵੈਕਸੀਨ ਲੈ ਲਿਆ ਤਾਂ ਉਸ ਦਾ ਸਰਟੀਫਿਕੇਟ ਹੀ ਕਾਫੀ ਹੋਵੇਗਾ ਰੇਲ ਮੰਤਰਾਲੇ ਦਾ ਇੱਕ ਅਜੇ ਹੀ ਪ੍ਰਸਤਾਵ ਤੇ ਵਿਚਾਰ ਕਰ ਰਿਹਾ ਜਿਸ ਨੂੰ ਜੂਨ ਮਹੀਨੇ ਦੇ ਅਗਲੇ ਮਹੀਨੇ ਦੇ ਵਿੱਚ ਮਨਜ਼ੂਰੀ ਮਿਲ ਜਾਵੇਗੀ ਆਨਲਾਈਨ ਮੋਬਾਈਲ ਰੀਚਾਰਜ ਕਰਵਾਉਣ ਬਹਾਨੇ ਖਾਤੇ ਚੋਂ ਸਾਈਬਰ ਅਪਰਾਧੀਆਂ ਨੇ ਠੱਗੇ 1,20,000 ਆਨਲਾਈਨ ਮੋਬਾਈਲ ਰੀਚਾਰਜ ਕਰਵਾਉਣ ਦੇ ਬਹਾਨੇ ਓਡੀਸ਼ਾ ਦੇ ਰੁੜਕੇਕਲਾ ਨਿਵਾਸੀ ਲక్ష్ਮੀ ਕਾਂਤਾ ਨਾਇਕ ਦੇ ਬੈਂਕ ਖਾਤੇ ਚੋਂ ਸਾਈਬਰ ਅਪਰਾਧੀਆਂ ਨੇ 1,20,400 ਰੁਪਏ ਕਢ ਲਏ ਸਬੰਧੀ ਥਾਣੇ ਚ ਸ਼ਿਕਾਇਤ ਦਰਜ ਕਰਵਾਈ ਗਈ ਬੈਂਕ ਨੂੰ ਇਸ ਦੀ ਸੂਚਨਾ ਦੇਣ ਦੇ ਨਾਲ-ਨਾਲ ਪੁਲਿਸ ਨੂੰ ਵੀ ਸਬੰਧਤ ਦਾ ਮੋਬਾਈਲ ਨੰਬਰ ਦਿੱਤਾ ਗਿਆ ਪੁਲਿਸ ਦੇ ਅਨੁਸਾਰ ਉਸਦੇ ਮੋਬਾਈਲ ਤੇ 28 ਮਈ ਦੀ ਦੁਬਾਰਾ ਇੱਕ ਐਕਸਮਸ ਆਇਆ ਉਸਦੇ ਅਕਾਊਂਟ ਨੂੰ ਅਪਡੇਟ ਨਾ ਕਰਨ ਅਤੇ SIM ਲੋਕ ਹੋਣ ਦਾ ਜ਼ਿਕਰ ਸੀਗਾ account lock ਹੋਣ ਤੇ ਪੜ੍ਹਾਈ ਰੋਕਣ ਦਾ ਖਦਸ਼ੇਨ ਲక్ష్ਮੀ ਕਾਂਤਾ ਦੀ ਅਪਡੇਟ ਪ੍ਰਕਿਰਿਆ ਚਲਾ ਦਿੱਤੀ ਉਸਨੇ 10 ਰੁਪਏ ਦਾ ਰੀਚਾਰਜ ਕਰਨ ਦੀ ਫੋਨ ਤੇ ਸਲਾਹ ਦਿੱਤੀ ਗਈ ਕੁਝ ਹੀ ਮਿੰਟਾਂ ਦੇ ਵਿੱਚ ਉਸਦੇ SBI ਦੇ ਖਾਤੇ ਵਿੱਚੋਂ 99 ਹਰ ਦੂਜੀ ਹਜ਼ਾਰ ਵਾਰ 20000 ਤੇ ਤੀਜੀ ਵਾਰ 1400 ਰੁਪਏ ਕਢਾ ਲੈ ਗਏ 10ਵੀਂ ਅਤੇ 12ਵੀਂ ਪਾਸ ਵਿਦਿਆਰਥੀਆਂ ਲਈ ਇੰਜੀਨੀਅਰਿੰਗ ਖੇਤਰ ਚ ਭਵਿਕ ਬਣਾਉਣ ਦਾ ਸੁਨਹਿਰੀ ਮੌਕਾ ਡਿਪਟੀ ਕਮਿਸ਼ਨਰ ਲੁਧਿਆਣਾ ਵਿਰਿੰਦਰ ਕੁਮਾਰ ਸ਼ਰਮਾ ਦੇ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਤਕਨੀਕੀ ਕੋਰਸਾਂ ਦੀਆਂ ਚਾਹਵਾਨ ਦਸਵੀਂ ਅਤੇ 12ਵੀਂ ਦੀਆਂ ਵਿਦਿਆਰਥੀਆਂ ਲਈ ਇੰਜੀਨੀਅਰਿੰਗ ਖੇਤਰ ਦੇ ਵਿੱਚ ਆਪਣਾ ਭਵਿੱਖ ਬਣਾਉਣ ਦੇ ਲਈ ਇੱਕ ਸੁਨਹਿਰੀ ਮੌਕਾ ਉਨ੍ਹਾਂ ਨੇ ਕਿਹਾ ਜੀ ਜ਼ਿਲ੍ਹਾ ਲੁਧਿਆਣਾ ਦੀਆਂ ਕੁੜੀਆਂ ਇੱਕੋ ਇੱਕ ਸਰਕਾਰੀ ਕਾਲਜ ਸਤਗੁਰੂ ਰਾਮ ਸਿੰਘ ਸਰਕਾਰੀ ਬਹੁ ਤਕਨੀਕੀ ਕਾਲਜ ਰਿਸ਼ੀ ਨਗਰ ਵਿਖੇ ਚੱਲ ਰਹੇ 3 ਸਾਲਾ ਡਿਪਲੋਮਾ ਵਿੱਚ ਦਾਖਲਾ ਲੈ ਸਕਦੀਆਂ ਨੇ ਪੰਜਾਬ ਕਾਂਗਰਸ ਤੋਂ ਚੱਲ ਰਹੇ ਕਲੇਸ਼ ਦਰਮਿਆਨ ਸੁਖਪਾਲ ਖੈਰਾ ਦਾ ਵੱਡਾ ਬਿਆਨ ਪੰਜਾਬ ਕਾਂਗਰਸ ਦੇ ਵਿੱਚ ਪੈਦਾ ਹੋਏ ਅੰਦਰੂਨੀ ਸੰਕਟ ਨੂੰ ਜਲਦੀ ਠੀਕ ਹੋਵੇਗਾ ਸਬੰਧੀ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਵੱਲੋਂ ਹਰ ਵਿਧਾਇਕ ਅਤੇ ਪਾਰਟੀ ਆਗੂ ਦੀ ਗੱਲ ਨੂੰ ਬੜੀ ਧਿਆਨ ਨਾਲ ਸੁਣਿਆ ਤੇ ਪਾਰਟੀ ਅੰਦਰ ਪੈਦਾ ਹੋਈ ਧੜੇਬੰਦੀ ਨੂੰ ਵੀ ਜਲਦ ਠੀਕ ਕਰ ਲਿਆ ਜਾਵੇਗਾ ਇਹ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖੈਰਾ ਨੇ ਵੀਡੀਓ ਦਫ਼ਤਰ ਨਡਾਲਾ ਵਿੱਚ ਅਧਿਕਾਰੀਆਂ ਪੰਚ ਸਰਪੰਚਾਂ ਨਾਲ ਕੀਤੀ ਪਲੇਠੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਪੰਜਾਬ ਦੇ ਰੂਟਾਂ ਤੇ ਬੱਸਾਂ ਦੀ ਗਿਣਤੀ ਵਧਾਉਣ ਲਈ ਰੋਡਵੇਜ਼ ਦਾ ਰੋਡਵੇਜ਼ ਹੋਇਆ ਪੂਰਾ ਪੰਜਾਬ ਦੇ ਵੱਖ-ਵੱਖ ਰੂਟਾਂ ਤੇ ਚੱਲਣ ਵਾਲੀਆਂ ਬੱਸਾਂ ਦੀ ਗਿਣਤੀ ਵਧਾਉਣ ਲਈ ਪੰਜਾਬ ਰੋਡਵੇਜ਼ ਵੱਲੋਂ ਸ਼ੁਰੂ ਕੀਤੇ ਗਏ ਸਰਵੇ ਦਾ ਕੰਮ ਪੂਰਾ ਹੋ ਗਿਆ ਜੀ ਸੂਤਰ ਦੱਸਦੇ ਨੇ ਕਿ ਸਰਵੇ ਵਿੱਚ ਪੰਜਾਬ ਤੋਂ ਚੱਲਣ ਵਾਲੀਆਂ ਬੱਸਾਂ ਦੀ 100% ਦੇ ਪਰਚਲਨ ਦੀ ਸਿਫਾਰਿਸ਼ ਹੋਈ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਪੋਰਟ ਮਿਲਣ ਤੋਂ ਬਾਅਦ ਹੀ ਕੁਝ ਕਹਿ ਸਕਣਗੇ ਇਸ ਸੂਬੇ ਦੀ ਅਨੋਖੀ ਪਹਿਲ ਕਰੋਨਾ ਟੀਕਾ ਲਗਵਾਓ 20 ਕਿਲੋ ਚਾਵਲ ਲੈ ਜਾਓ अरुणाचल प्रदेश ਚ ਇੱਕ ਪ੍ਰਸ਼ਾਸਨਿਕ ਖੇਤਰ ਦੇ ਵਿੱਚ ਕਰੋਨਾ ਟੀਕਾ ਲਗਵਾਉਣ ਤੇ ਬਦਲੇ 20 ਕਿਲੋ ਚਾਵਲ ਦੇਣ ਦੀ ਯੋਜਨਾ ਪਿੰਡ ਵਾਲਿਆਂ ਦੇ ਲਈ ਟੀਕੇ ਨੂੰ ਅਫਵਾਹਾਂ ਨੂੰ ਦੂਰ ਕਰਨ ਦੇ ਮਾਮਲੇ ਵਿੱਚ ਪ੍ਰਭਾਵੀ ਸਾਬਤ ਹੋ ਰਹੀਆਂ ਹਨ ਇਸ ਯੋਜਨਾ ਦੇ ਲਾਂਤ ਤੋਂ ਬਾਅਦ ਕੁਝ ਹੀ ਦਿਨਾਂ ਦੇ ਵਿੱਚ 80% ਤੋਂ ਵੱਧ ਪਿੰਡ ਵਾਸੀਆਂ ਨੇ ਟੀਕਾ ਲਗਵਾ ਲਿਆ ਲੋਰ ਸੁਬਰਮੀ ਜ਼ਿਲ੍ਹੇ ਦੇ ਯਾਜਲੀ ਖੇਤਰ ਦੇ ਵਿੱਚ ਅਧਿਕਾਰੀ ਤਾਜੀ ਵਾਂਗ ਯੁਕ ਥੋਂਗ ਡੋਕ ਵੱਲੋਂ ਸੋਮਵਾਰ ਤੋਂ ਇਹ ਯੋਜਨਾ ਸ਼ੁਰੂ ਕੀਤੀ ਗਈ ਤੇ ਬੁੱਧਵਾਰ ਤੱਕ ਜਾਰੀ ਰਹੇਗੀ ਇਸ ਦੇ ਤਹਿਤ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕੇ ਦੇ ਨਾਲ 20 ਕਿਲੋ ਆਹ ਚੌਲ ਦਿੱਤੇ ਜਾਣਗੇ ਚਾਹ ਵਾਲੇ ਨੇ 100 ਰੁਪਏ ਭੇਜੇ ਪੀਐਮ ਮੋਦੀ ਨੂੰ ਕੀਤੀ ਦਾੜੀ ਕਟਾਉਂਦੀ ਅਪੀਲ ਕਿ ਹਾ ਰੁਜ਼ਗਾਰ ਵਧਾਓ ਦਾੜੀ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਾੜੀ ਅੰਨੇ ਦਿਨੀ ਕਾਫੀ ਚਰਚਾ ਦੇ ਵਿੱਚ ਹੈ ਉਹ ਦਾੜੀ ਦੀ ਸ਼ੈਲੀ ਦੀ ਤੁਲਨਾ ਨੋਬਲ ਪੁਰਸਕਾਰ ਰਵਿੰਦਰਨਾਥ ਗੋੜ ਨਾਲ ਕਰ ਰਹੇ ਹਨ ਹਾਲਾਂਕਿ ਕੁਝ ਲੋਕਾਂ ਨੇ ਅਜਿਹਾ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੀ ਦਾੜੀ ਦੀ ਸ਼ੈਲੀ ਨੂੰ ਪਸੰਦ ਨਹੀਂ ਕਰਦੇ ਉਹਨਾਂ ਵਿੱਚ ਇੱਕ ਪੂਰੇ ਦਿਨ ਲੱਗਦੇ ਬਾਰਾਮਤੀ ਚੱਕ ਚਾਹ ਵਾਲੇ ਨੇ ਉਹਨਾਂ ਨੂੰ ਇਤਰਾਜ਼ ਜਤਾਉਂਦੇ ਹੋਏ ਦਾੜੀ ਕਟਵਾਉਣ ਦੀ ਬੇਨਤੀ ਕੀਤੀ ਤੇ ਪ੍ਰਧਾਨ ਮੰਤਰੀ ਦੇ ਨਾਮ ਤੇ 100 ਰੁਪਏ ਦਾ ਮਨੀ ਆਰਡਰ ਵੀ ਕੀਤਾ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀ ਜਾ ਰਹੀ ਵੈਕਸੀਨ ਤੇ ਸਰਕਾਰੀ ਹਸਪਤਾਲਾਂ ਕੋਲੇ ਵੈਕਸੀਨ ਨਹੀਂ ਵਿਕਰਮ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਨੇ ਪੰਜਾਬ ਵਿੱਚ ਕਰੋਨਾ ਵੈਕਸੀਨ ਦੀ ਘਾਟ ਅਤੇ ਮਹਾਮਾਰੀ ਦੇ ਸਮੇਂ ਤੇ ਵੈਕਸੀਨ ਦੀ ਕਾਲਾ ਬਾਜ਼ਾਰੀ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਕੇਰ ਆਉਣਨ ਕਿਹਾ ਜੀ ਮਹਾਮਾਰੀ ਦੇ ਇਸ ਦੌਰ ਵਿੱਚ ਪੰਜਾਬ ਸਰਕਾਰ ਨੂੰ ਲੋਕਾਂ ਦੀ ਬਾਹ ਫੜਨੀ ਚਾਹੀਦੀ ਸੀ ਨਾ ਕਿ ਕਮਾਈਆਂ ਕਰਨੀਆਂ ਚਾਹੀਦੀਆਂ ਸਨ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਕਰੋਨਾ ਦੀਆਂ ਦਵਾਈਆਂ ਉੱਤੇ 12 ਤੋਂ 18 ਫੀਸਦੀ ਜੀਐਸਟੀ ਲੱਗਦਾ ਪਰ ਇਸ ਉੱਤੇ ਸੂਬਾ ਸਰਕਾਰ ਆਪਣਾ ਹਿੱਸਾ ਆਪਣਾ ਹਿੱਸਾ ਛੱਡ ਰਹੀ ਹੈ ਉਹਨਾਂ ਨੇ ਕਿਹਾ ਜੀ ਸੂਬਾ ਸਰਕਾਰ ਹੀ ਨਹੀਂ ਛੱਡਦੀ ਪੰਜਾਬ ਸਰਕਾਰ ਨੂੰ ਕਮਾਈ ਉੱਤੇ ਹੋਈ ਆ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਦਿੱਲੀ ਜਾ ਕੇ ਕਹਿ ਰਹੀ ਹੈ ਕਿ ਸਾਡੇ ਕੋਲੇ ਵੈਕਸੀਨ ਨਹੀਂ ਦੂਜੇ ਪਾਸੇ ਕਰੋੜਾਂ ਦੀ ਵੈਕਸੀਨ ਵੀਕ ਵੇਚੀ ਜਾ ਰਹੀ ਆ ਪੰਜਾਬ ਦੇ ਵਿੱਚ ਬਦਲੀਆਂ ਤਨਾਇਤੀਆਂ ਤੇ 20 ਜੂਨ ਤੱਕ ਮੁਕੰਮਲ ਰੋਕ ਪੰਜਾਬ ਸਰਕਾਰ ਵੱਲੋਂ ਬਦਲੀਆਂ ਤੇ ਤਨਾਇਤੀਆਂ ਤੇ 20 ਜੂਨ ਤੱਕ ਮੁਕੰਮਲ ਰੋਕ ਲਾ ਦਿੱਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪ੍ਰੋਸਨਲ ਵਿਭਾਗ ਵੱਲੋਂ 30 4 21 ਤੱਕ ਪੰਜਾਬ ਰਾਜ ਦੇ ਸਾਰੇ ਵਿਭਾਗਾਦਾਰਾਂ ਵਿੱਚ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੀ ਆਮ ਬਦਲੀਆਂ ਤੇ ਤਨਾਇਤੀਆਂ ਦਾ ਸਮਾਂ 31 5 2021 ਤੱਕ ਰੱਖਿਆ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਤੋਂ ਚੋਲ ਲੈਣ ਤੋਂ ਇਨਕਾਰ ਕਿਸਾਨ ਅਤੇ ਛੱਲਰ ਮਾਲਕਾਂ ਵਿੱਚ ਰੋਸ ਕੇਂਦਰ ਵੱਲੋਂ ਪੰਜਾਬ ਸਰਕਾਰ ਤੋਂ ਚੋਲ ਨਾ ਲੈਣ ਦੇ ਫੈਸਲੇ ਉੱਤੇ ਕਾਂਗਰਸ ਸਰਕਾਰ ਦੇ ਕੇਂਦਰ ਆਮੋ ਸਾਹਮਣੇ ਹੋ ਗਏ ਹਨ ਉੱਤੇ ਹੀ ਮੋਗਾ ਕਿਸਾਨ ਮੋਗਾ ਦੇ ਕਿਸਾਨ ਆਗੂ ਅਤੇ ਮੋਗਾ ਜ਼ਿਲ੍ਹੇ ਦੇ ਛੱਲਰ ਯੂਨੀਅਨ ਦੇ ਪ੍ਰਧਾਨ ਵਿਨੋਦ ਬਾਸਲ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਵਿਰੁੱਧ ਕੀਤਾ ਗਿਆ ਹੈ ਤੇ ਕੇਂਦਰ ਸਰਕਾਰ ਪੰਜਾਬ ਦੇ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਨੇ ਮੋਗਾ ਦੇ ਵਿੱਚ ਵਿੱਤ ਸਕੱਤਰ ਬਲੌਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੇ ਪਹਿਲਾਂ ਵੀ ਕਰ ਚੁੱਕੀ ਆ ਹੁਣ ਵੀ ਵੈਰੀਫਿਕੇਸ਼ਨ ਦਾ ਬਖਾਨਾ ਬਣਾ ਕੇ ਕਿਸਾਨੀ ਖਤਮ ਕਰ ਰਹੀ ਆ ਜੇਕਰ ਚੌਲ ਹੀ ਨਹੀਂ ਚੁੱਕੇ ਜਾਂਦੇ ਤਾਂ ਸ਼ੈਲਰ ਖਾਲੀ ਨਹੀਂ ਹੋਣਗੇ ਤੇ ਸ਼ੈਲਰ ਖਾਲੀ ਨਹੀਂ ਹੋਣਗੇ ਤਾਂ ਚੋਨਾ ਸ਼ੈਲਰਾਂ ਵਿੱਚ ਨਹੀਂ ਲੱਗੇਗਾ ਸਰਕਾਰ ਹੌਲੀ ਹੌਲੀ ਖਰੀਦ ਬੰਦ ਕਰਨਾ ਚਾਹੁੰਦੀ ਆ ਨਾ ਕਿ ਕਿਸੇ ਤਰੀਕੇ ਸਰਕਾਰ ਖਰੀਦ ਬੰਦ ਕਰਕੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੀ ਆ ਪਟਿਆਲਾ ਵਿੱਚ ਅਧਿਆਪਕਾਂ ਦਾ ਧਰਨਾ ਜਾਰੀ ਭਾਰਤੀ ਕਿਸਾਨ ਭਾਰਤੀ ਕਿਸਾਨ ਯੂਨੀਅਨ ਨੂੰ ਗ੍ਰਾਹਨ ਨੇ ਵੀ ਉਹਨਾਂ ਦਾ ਦਿੱਤਾ ਸਾਥ ਸਾਕਾ ਨੀਲਾ ਤਾਰਾ ਤੋਂ ਬਾਅਦ ਅੱਜ ਦੇ ਦਿਨ ਆਕਾਸ਼ਵਾਨੀ ਤੋਂ ਸ਼ੁਰੂ ਹੋਇਆ ਸੀ ਸ੍ਰੀ ਦਰਬਾਰ ਸਾਹਿਬ ਕੀਰਤਨ ਦਾ ਸਿੱਧਾ ਪ੍ਰਸਾਰਣ ਕਿਸਾਨਾਂ ਨੇ ਅਡਾਨੀ ਪਲਾਂਟ ਦੇ ਬਾਹਰ ਮਨਾਇਆ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਅੱਜ ਪੂਰੇ ਪੰਜਾਬ ਦੇ ਵਿੱਚ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਇਸ ਮੌਕੇ ਅਡਾਨੀ ਦੇ ਸ਼ੈਲਰਾਂ ਦੇ ਬਾਹਰ ਵੀ ਜਿਹੜਾ ਉਹਨਾਂ ਦੇ ਵੱਲੋਂ ਮਨਾਇਆ ਗਿਆ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕਾਂਗਰਸ ਨੂੰ ਝਟਕਾ ਰਾਹੁਲ ਗਾਂਧੀ ਦੇ ਕਰੀਬੀ ਜਤਨ ਪ੍ਰਸਾਦ ਬੀਜੇਪੀ ਦੇ ਵਿੱਚ ਹੋਏ ਸ਼ਾਮਲ ਉਸ ਇਸ ਵੇਲੇ ਦੀ ਵੱਡੀ ਖਬਰ ਆ 빅 ਬ੍ਰੇਕਿੰਗ ਨਿਊਜ਼ ਆ ਦੋਸਤੋ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਅਗਲੀ ਵੱਡੀ ਖਬਰ ਆ ਦੋਸਤੋ ਰਾਖੀ ਸ਼ਾਮਤ ਨੇ ਕੀਤੀ ਕਰੋਨਾ ਦੀ ਬਾਬਾ RAMਦੇਵ ਨਾਲ ਤੁਲਨਾ ਕਿਹਾ ਕਦੇ ਆਉਂਦਾ ਹੈ ਤੇ ਕਦੇ ਜਾਂਦਾ ਹੈ ਜੇ ਰਾਖੀ ਸ਼ਾਮਤ ਨੂੰ ਸੋਸ਼ਲ ਮੀਡੀਆ ਤੇ ਰਾਣੀ ਕਿਹਾ ਜਾਂਦਾ ਤਾਂ ਗਲਤ ਨਹੀਂ ਹੋਵੇਗਾ ਰਾਖੀ ਦੀਆਂ ਵੀਡੀਓ ਨੇ ਦਿਨੀ سوشل میڈیا ਤੇ ਬਹੁਤ ਵਾਇਰਲ ਹੋ ਰਹੀਆਂ ਨੇ ਖਾਸ ਕਰਕੇ ਹਰ ਜਗ੍ਹਾ ਤੇ ਕਰੋਨਾ ਬਾਰੇ ਉਹਨਾਂ ਦਾ ਗਿਆਨ ਸਾਂਝਾ ਕਰਦੀ ਹੁਣ ਰਾਖੀ ਸ਼ਾਮਤ ਨੇ ਇੱਕ ਹੋਰ ਵੀਡੀਓ ਸਾਹਮਣੇ ਜਿਸ ਵਿੱਚ ਉਸਨੇ ਕਰੋਨਾ ਦੀ ਤੁਲਨਾ RAMDEV ਨਾਲ ਕਰਤੀ ਉਸਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਹ ਵੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਕਾਂਗਰਸੀ ਨੇਤਾ ਕਮਲਨਾਥ ਦੀ ਵਿਗੜੀ ਸਿਹਤ ਉਮੇ ਦਾਤਾ ਹਸਪਤਾਲ ਵਿੱਚ ਦਾਖਲ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਦਿੱਗਜ ਨੇਤਾ ਕਮਲਨਾਥ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕਮਲਨਾਥ ਨੂੰ ਬੁਖਾਰ ਸੀ ਜਿਸ ਤੋਂ ਬਾਅਦ ਬੁੱਧਵਾਰ ਸਵੇਰੇ ਹਸਪਤਾਲ ਲੈ ਕੇ ਪਹੁੰਚੇ 15ਵੀਂ ਮੰਜ਼ਲ ਦੇ ਰੂਮ ਨੰਬਰ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਡਾਕਟਰਾਂ ਦੀ ਟੀਮ ਉਹਨਾਂ ਦੀ ਦੇਖਭਾਲ ਕਰ ਰਹੀ ਹੈ ਭਾਜਪਾ ਮੰਡਲ ਪ੍ਰਧਾਨ ਸਨੇ 35 ਪਰਿਵਾਰਾਂ ਦਾ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਵਿਕਾਸ ਸੋਨੀ ਨੇ ਕੀਤਾ ਨਿੱਘਾ ਸਵਾਗਤ ਸੋ ਵੱਡੀ ਖਬਰ ਅੰਮ੍ਰਿਤਸਰ ਸਾਹਿਬ ਤੋਂ ਆ ਰਹੀ ਆ ਜੱਜੀਬੀ ਦੇ ਸਮਰਥਨ ਚ ਰੈਪਰ ਕਿੰਗ ਬੋਹੇਮੀਆ ਕੇ ਹਟ ਟਵਿੱਟਰ ਆਵਾਜ਼ ਨਹੀਂ ਰੋਕ ਸਕਦਾ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਜੱਜੀਬੀ ਦਾ ਟਵਿੱਟਰ ਅਕਾਊਂਟ ਇੰਡੀਆ ਵਿੱਚ ਬੈਨ ਕਰ ਦਿੱਤਾ ਭਾਰਤ ਸਰਕਾਰ ਦੇ ਕਹਿਣ ਤੇ ਟਵਿੱਟਰ ਵੱਲੋਂ ਜੱਜੀਬੀ ਦਾ ਅਕਾਊਂਟ ਬਲੌਕ ਕੀਤਾ ਗਿਆ ਜਿਸ ਦਿਨ ਇਹਦਾ ਪ੍ਰਸ਼ੰਸਕਾਂ ਤੇ ਪੰਜਾਬੀ ਕਲਾਕਾਰਾਂ ਵੱਲੋਂ ਕੀਤੀ ਜਾ ਰਹੀ ਇਸੇ ਦੇ ਤਹਿਤ ਹੁਣ ਰੈਪਰ ਕਿੰਗ ਬੋਹੇਮੀਆ ਜੱਜੀਬੀ ਦੀ ਸਪੋਰਟ ਵਿੱਚ ਆ ਕੇ ਖੜੇ ਹੋ ਗਏ ਨੇ ਪਾਖੜਾ ਨਹਿਰ ਦੇ ਵਿੱਚ ਡਿੱਗੀ ਕਾਰ ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਹੈ ਕਾਰ ਚਾਲਕ ਦੀ ਭਾਲ 500 ਤੇ 1000 ਰੁਪਏ ਦੇ نوٹ ਨੂੰ ਲੈ ਕੇ ਆਈ ਜ਼ਰੂਰੀ ਖਬਰ ਆਰਬੀਆਈ ਵੱਲੋਂ ਬੈਂਕਾਂ ਨੂੰ ਦਿੱਤੇ ਗਏ ਨੇ ਦਿਸ਼ਾ ਨਿਰਦੇਸ਼ ਸੋ ਦੋਸਤੋ ਵੱਡੀ ਖਬਰ ਹੈ